देश विदेश में वसदियां समूह गुरु नानक नाम लेवा सिख संगतां नूं दास बलजीत सिंह दादूवाल वालों सत्कार सहित वाहिगुरु जी का खालसा वाहिगुरु जी की फतेह। आप सारिआं नूं पता ही है कि एक अखौती समाज सेवक लखा सधाणा दे वालों जो गुरु घर की मर्यादा परंपरा दे उत्ते शंकावां कीतियां गईआं सी जिहदीआं वीडियो वायरल होईआं सी ਤਾਂ ਮੈਂ ਸਮਝਦਾ ਕਿ ਪੂਰੇ ਸੰਸਾਰ ਭਰ ਵਿੱਚ ਵਸਦੀਆਂ ਸੰਗਤਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਜਿਸ ਤਰੀਕੇ ਨਾਲ ਸਿੱਖ ਸੰਗਤਾਂ ਨੇ ਉਸਦਾ ਜਵਾਬ ਦਿੱਤਾ ਉਹਨੂੰ ਸੁਣ ਕੇ ਅਖੌਤੀ ਸਮਾਜ ਸੇਵਕ ਲੱਖਾ ਸਧਾਣਾ ਦੀ ਕੁਝ ਅਕਲ ਜਿਹੜੀ ਟਿਕਾਣੇ ਆਈ ਆ ਕੁਝ ਮਤ ਟਿਕਾਣੇ ਆਈ ਆ ਜਿਹਨੂੰ ਸੁਣ ਕੇ ਉਹ ਕੁਝ ਥੋੜ੍ਹਾ ਜਿਹਾ ਬਦਲਿਆ ਭਾਵੇਂ ਕਿ ਅਜੇ ਵੀ ਉਹਦੀ ਈਗੋ ਹਉਮੈ ਹੰਕਾਰ ਉਸੇ ਤਰ੍ਹਾਂ ਬੋਲਦਾ ਜਿਹੜਾ ਦੂਜੀ ਵੀਡੀਓ ਉਸਨੇ ਵਾਇਰਲ ਕੀਤੀ ਆ ਉਸ ਦੇ ਸੰਬੰਧ ਵਿੱਚ ਸਪਸ਼ਟੀਕਰਨ ਉਹਦੇ 'ਚ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਪੰਥ ਤੋਂ ਮੁਆਫ਼ੀ ਨਹੀਂ ਮੰਗੀ ਅਜੇ ਵੀ ਉਹਦੀ ਹਉਮੈ 'ਤੇ ਹੰਕਾਰ ਖੜਾ ਵਾ ਮੈਂ ਸਮਝਦਾ ਉਹ ਬਹੁਤ ਹੀ ਚਿੰਤਾਜਨਕ ਗੱਲ ਆ ਜਿਸ ਤਰੀਕੇ ਦੇ ਨਾਲ ਇਸ ਅਖੌਤੀ ਸਮਾਜ ਸੇਵਕ ਲੱਖੇ ਸਧਾਣੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਪਾਵਨ ਰੁਮਾਲਾ ਸਾਹਿਬ 'ਤੇ ਗੁਰੂ ਘਰਾਂ ਦੇ ਵਿੱਚ ਲੱਗੇ ਏਅਰ ਕੰਡੀਸ਼ਨਾਂ ਉੱਪਰ ਜਾਂ ਗੁਰੂ ਸਾਹਿਬ ਦੇ ਥੜਾ ਸਾਹਿਬ ਨੂੰ ਦੁੱਧ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਣ 'ਤੇ ਜਾਂ ਬੀਬੀਆਂ ਦੇ ਕੀਰਤਨ ਕਰਨ ਦੇ ਮਸਲੇ 'ਤੇ ਬੋਲਿਆ ਸੀ ਇਹਦਾ ਬਾਖੂਬੀ ਪੰਥ ਦੇ ਵੱਲੋਂ ਕੌਮ ਦੇ ਵੱਲੋਂ ਜਵਾਬ ਦਿੱਤਾ ਗਿਆ ਜਿਹਨੂੰ ਲੱਖੇ ਸਧਾਣੇ ਨੇ ਵੀ ਸਰਵਣ ਕਰ ਲਿਆ ਹੋਊਗਾ ਮੈਂ ਇਸ ਬਾਤੇ ਪਾਸੇ ਬਹੁਤਾ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਕਿ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਮੈਂ ਵੀ ਆਪਣੀ ਪ੍ਰਤੀਕਿਰਿਆ ਇਸ ਦੇ ਉੱਪਰ ਜ਼ਾਹਰ ਕੀਤੀ ਸੀ ਜਵਾਬ ਦਿੱਤਾ ਸੀ ਜੋ ਲੱਖੇ ਸਧਾਣੇ ਨੇ ਝੱਖਾਂ ਮਾਰੀਆਂ ਸੀ ਇਹਨਾਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਲੱਖਾ ਸਧਾਣਾ ਵਿਅਕਤੀਗਤ ਵਿਰੋਧ ਵਿੱਚ ਪੈ ਗਿਆ ਬਲਜੀਤ ਸਿੰਘ ਦਾਦੂਵਾਲ ਦਾ 100 ਵਾਰ ਵਿਰੋਧ ਕਰੇ ਮੈਂ 150 ਵਾਰ ਜਵਾਬ ਦਊਂਗਾ ਉਸਨੂੰ ਹਰ ਗੱਲ ਦਾ ਜਵਾਬ ਮਿਲੂਗਾ ਪਰ ਮੈਂ ਲੱਖੇ ਸਧਾਣੇ ਨੂੰ ਕਹਿਣਾ ਚਾਹੁੰਦਾ ਕਿ ਇੱਥੇ ਹੁਣ ਗੁਰੂ ਘਰ ਦੀ ਮਰਿਆਦਾ ਪਰੰਪਰਾ ਦੇ ਉੱਤੇ ਜਿਹੜਾ ਤੂੰ ਸ਼ੰਕਾਵਾਂ ਕੀਤੀਆਂ ਸੀ ਤੈਨੂੰ ਉਹਦਾ ਜਵਾਬ ਦਿੱਤਾ ਵਾ ਹੁਣ ਤੂੰ ਵਿਅਕਤੀਗਤ ਵਿਵਾਦ ਵਿੱਚ ਪੈ ਕੇ ਜਾਂ ਵਿਅਕਤੀਗਤ ਵਿਰੋਧ ਕਰਕੇ ਉਸ ਤੋਂ ਸੁਰਖਰੂ ਨਹੀਂ ਹੋ ਸਕਦਾ ਬਲਜੀਤ ਸਿੰਘ ਦਾਦੂਵਾਲ ਦਾ ਵਿਰੋਧ ਕਰਕੇ ਤੂੰ ਸੁਰਖਰੂ ਨਹੀਂ ਹੋ ਸਕਦਾ ਤੂੰ ਐਵੇਂ ਢੁੱਚਰਾਂ ਡਾਹ ਕੇ ਸੁਰਖਰੂ ਨਹੀਂ ਹੋ ਸਕਦਾ ਜੋ ਪੰਥ ਨੇ ਕੌਮ ਨੇ ਜੋ ਗੱਲਾਂ ਕੀਤੀਆਂ ਜੋ ਤੈਨੂੰ ਲਾਹਣਤਾਂ ਪਾਈਆਂ ਨੇ ਉਹ ਲਾਹਣਤਾਂ ਸੁਣ ਕੇ ਮੈਂ ਸਮਝਦਾ ਵੀ ਤੇਰਾ ਦਿਮਾਗ ਜਿਹੜਾ ਕੁਝ ਟਿਕਾਣੇ ਆਇਆ ਕਿਉਂਕਿ ਤੈਨੂੰ ਲਾਹਣਤਾਂ ਪਈਆਂ ਨੇ ਤਾਂ ਤੇਰਾ ਦਿਮਾਗ ਟਿਕਾਣੇ ਆਇਆ ਉਦਾਂ ਭਾਵੇਂ ਨਾ ਆਉਂਦਾ ਅੱਜ ਤੂੰ ਗ੍ਰੰਥ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਵੀ ਕਹਿਣ ਲੱਗ ਗਿਆ ਅੱਜ ਤੂੰ ਕਹਿਣ ਲੱਗ ਗਿਆ ਕਿ ਮੇਰੀ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲ ਹੋਈ ਆ ਮੈਂ ਤਖ਼ਤ ਦਮਦਮਾ ਸਾਹਿਬ ਜਾ ਕੇ ਆਪਣੇ ਸਵਾਲਾਂ ਦੇ ਉੱਤਰ ਲੈ ਲੂੰਗਾ ਇਹੀ ਗੱਲਾਂ ਤੈਨੂੰ ਪਹਿਲਾਂ ਚਾਹੀਦੀਆਂ ਸੀ ਤੇਰੇ ਵਰਗੇ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਗੁਰਮੁਖ ਦੀ ਸੰਗਤ ਕਰੋ ਕਿਸੇ ਗੁਰੂ ਘਰ ਦੇ ਸੇਵਾਦਾਰ ਦੇ ਕੋਲੋਂ ਗੁਰਮਰਿਆਦਾ ਗੁਰੂ ਬਾਰੇ ਜਾਣਕਾਰੀ ਲਓ ਇਹ ਬਾਅਦ ਵਿੱਚ ਜੋ ਕਹਿਣਾ ਕਿ ਮੈਂ ਜਾ ਕੇ ਜਾਣਕਾਰੀ ਲੈ ਲਾਂ ਇਹ ਜਾਣਕਾਰੀ ਪਹਿਲਾਂ ਲੈਣੀ ਚਾਹੀਦੀ ਸੀ ਗੁਰੂ ਘਰ 'ਤੇ ਸ਼ੰਕਾ ਕਰਨ ਤੋਂ ਪਹਿਲਾਂ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਕਿਸੇ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਗੱਲਬਾਤ ਕਰਨ ਤੋਂ ਪਹਿਲਾਂ ਜਾਣਕਾਰੀ ਲੈਣੀ ਸੀਗੀ ਇਹੀ ਗੱਲ ਤੈਨੂੰ ਸਮਝਾਈ ਹੈ ਪੰਥ ਨੇ ਕੌਮ ਨੇ ਪਰ ਤੈਨੂੰ ਜਿਹੜੀਆਂ ਲਾਹਣਤਾਂ ਪਈਆਂ ਨੇ ਹੁਣ ਮੈਂ ਸਮਝਦਾ ਕਿ ਤੇਰਾ ਕੁਛ ਦਿਮਾਗ ਟਿਕਾਣੇ ਆਇਆ ਜਿਸ ਕਰਕੇ ਤੂੰ ਹੁਣ ਤਖ਼ਤ ਦਮਦਮਾ ਸਾਹਿਬ ਜਾ ਕੇ ਗਿਆਨ ਲੈਣ ਦੀ ਗੱਲ ਕਰ ਰਿਹਾ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਇੱਕ ਦੋ ਗੱਲਾਂ ਤੂੰ ਹੋਰ ਬੜੀਆਂ ਇਤਰਾਜ਼ਯੋਗ ਕੀਤੀਆਂ ਨੇ ਜਿਹਦੇ 'ਚ ਤੂੰ ਸਪਸ਼ਟੀਕਰਨ ਦਿੰਦੇ ਆ ਦੂਸਰੀ ਵੀਡੀਓ ਵਾਇਰਲ ਕਰਕੇ ਤੂੰ ਕਿਹਾ ਕਿ ਸਾਡੇ ਬਠਿੰਡੇ ਵਾਲਿਆਂ ਦੀ ਬੋਲੀ ਇੱਦਾਂ ਮਾਲਵੇ ਵਾਲਿਆਂ ਦੀ ਬੋਲੀ ਇੱਦਾਂ ਕੀ ਤੂੰ ਇਹ ਕਹਿਣਾ ਚਾਹੁੰਦਾ ਕਿ ਮਾਲਵੇ ਵਾਲੇ ਜਾਹਲ ਆ ਅਨਪੜ੍ਹ ਆ ਮੂਰਖ ਆ ਬਠਿੰਡੇ ਵਾਲੇ ਇਹ ਵੀ ਮੈਂ ਸਮਝਦਾ ਤੇਰੀ ਬੜੀ ਚਲਾਕੀ ਆ ਬਠਿੰਡੇ ਵਾਲੇ ਮਾਲਵੇ ਵਾਲੇ ਬੜੇ ਸਿਆਣੇ ਆ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪਣੀ ਪ੍ਰਾਪਤੀਆਂ ਦੇ ਝੰਡੇ ਗੱਡੇ ਆ ਤੂੰ ਉਹਨਾਂ ਨੂੰ ਮੂਰਖ ਜਾਹਲ ਅਤੇ ਅਨਪੜ੍ਹ ਦੱਸਣਾ ਚਾਹੁੰਦਾ ਕਿ ਸਾਡੀ ਬੋਲੀ ਇੱਦਾਂ ਦੀ ਆ ਬਠਿੰਡੇ ਵਾਲਿਆਂ ਦੀ ਬੋਲੀ ਅੱਜ ਸੰਸਾਰ ਦੇ ਵਿੱਚ ਜਾਣੀ ਜਾਂਦੀ ਆ ਕਿ ਬਠਿੰਡੇ ਵਾਲੇ ਕਿਸ ਤਰ੍ਹਾਂ ਅੱਜ ਦੁਨੀਆ ਦੇ ਵਿੱਚ ਉਹਨਾਂ ਨੇ ਧੁੰਮਾਂ ਪਾਈਆਂ ਨੇ ਫਿਰ ਤੋਂ NRI ਬਾਰੇ ਕਹਿੰਦਾ ਕਿ ਤੁਸੀਂ ਡਰਦੇ ਵਿਦੇਸ਼ ਚਲੇ ਗਏ ਇੱਥੇ ਬਹਿ ਕੇ ਗੱਲਾਂ ਮਾਰੀ ਜਾਂਦੇ ਹੋ ਇੱਥੇ ਆ ਕੇ ਗੱਲਾਂ ਕਰੋ ਉਹ ਸਾਰੇ ਇੱਥੋਂ ਹੀ ਗਏ ਆ ਰੋਜ਼ੀ ਰੋਟੀ ਕਮਾਉਣ ਵਾਸਤੇ ਵਿਦੇਸ਼ਾਂ ਵਿੱਚ ਗਏ ਆ ਜਾਂ ਸਿੱਖ ਸੰਘਰਸ਼ ਕਰਦੇ ਹੋਏ ਹੀ ਔਰ ਵਿਦੇਸ਼ਾਂ ਵਿੱਚ ਬਹਿ ਕੇ ਵੀ
वो अपनी बाखूबी ड्यूटी निभा रहे आ, ते तू भी आ चार अंग्रेजी दे बोर्डां ते पोचे मार के उन्हां तों ही पौंड डालर लैके गड्डियां च तेल पाउना, ते अज तू उन्हां विदेशां विच बैठे उन्हां गुरसिखां नूं कहिंदा इत्थे आके गल करो, इत्थे तू किहड़ा चित्तौड़गढ़ दा किला फतेह करता भी जिहड़ा उन्हां तों रहि गया उन्हां ने नहीं कीता। मैं अज बहुते विस्तार विच नहीं जाणा, मैं सिर्फ एक दो गल्लां दा तैनूं जवाब देना चाहुंदा, क्योंकि गुरमर्यादा दीआं गल्लां दा तां तैनूं पंथ ने बखूबी जवाब दे दित्ता, ते अज तू उस पासिओं मूँह मोड़ के बलजीत सिंह दादूवाल वल व्यक्तिगत जिहड़ा विरोध शुरू किया, मैं तैनूं उहदा जवाब दिआं। बरगाड़ी इंसाफ मोर्चे की तू गल की है कि 1 जून नूं मोर्चा लग्या, तो 6 जून नूं दादूवाल अपनी गड्डी लैके कैप्टन दे महलां च चले गया, जिहड़ा कि तू कोरा झूठ बोलिया। तू भी बरगाड़ी मोर्चे च 5-7 वार कोई 10-20 बंदे लैके भलवानी गेड़ा मारिया सीगा आपदी सेह बनाउण वास्ते। जिहड़े लोग उत्थे शरदा नाल गए, भावना नाल गए, उन्हां लोगां दा भी उत्थे पता लगदा सी वी किहड़े लोग शरदा भावना नाल जा रहे आ, गुरु ग्रंथ साहिब की बेअदबी का दुख लैके इंसाफ की आस लैके जा रहे, इंसाफ की मंग लैके जा रहे, बंदी सिंघां दी रिहाइयां दे दर्द नूं लैके जा रहे आ, ते किहड़े बंदे भलवानी गेड़ा मारदे आ वी पता लगदा सीगा उस जगह ते। ते तूं बरगाड़ी मोर्चे की गल कीती, मैं तैनूं दस दिआं कि 1 जून नूं मोर्चा लगा सी, 6 जून नूं मुख्यमंत्री पंजाब नाल पंजाब भवन दे विच मीटिंग होई सी, ते उह बलजीत सिंह दादूवाल ने कल्ले ने नहीं सी कीती, बरगाड़ी इंसाफ मोर्चे दे डिकटेटर जथेदार ध्यान सिंह मंड ने वफद भेजिया सीगा ऐलानिया तौर ते अखबारां दे विच मीडिया दे विच ਉਹ ਸਾਰੀ ਖਬਰ ਨਸ਼ਰ ਕਰਕੇ ਕਿ ਪੰਜਾਬ ਸਰਕਾਰ ਨੇ ਸੱਦਾ ਦਿੱਤਾ ਬਰਗਾੜੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਕਿ ਆ ਕੇ ਗੱਲਬਾਤ ਕਰੋ ਕੀ ਮੰਗਾਂ ਨੇ, ਅਤੇ ਉਹ ਪੰਜਾਬ ਭਵਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਸੁਤੰਤਰ ਅਤੇ ਯੂਨਾਈਟਿਡ ਅਕਾਲੀ ਦਲ, ਇਹਨਾਂ ਪੰਜਾਂ ਜਥੇਬੰਦੀਆਂ ਦਾ ਇੱਕ ਵਫਦ ਮੇਰੇ ਨਾਲ ਗਿਆ ਸੀ ਜਿਹੜਾ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਇਨਸਾਫ ਮੋਰਚੇ ਤੋਂ 6 ਜੂਨ ਨੂੰ ਚੰਡੀਗੜ੍ਹ ਭੇਜਿਆ ਸੀ, ਅਤੇ ਪੰਜਾਬ ਭਵਨ ਉਹ ਕੈਪਟਨ ਦੇ ਮਹਿਲਾਂ 'ਚ ਨਹੀਂ, ਪੰਜਾਬ ਭਵਨ ਸਭ ਦਾ ਸਾਂਝਾ ਪੰਜਾਬ ਭਵਨ ਦੇ ਵਿੱਚ ਬੈਠ ਕੇ ਮੀਟਿੰਗ ਹੋਈ ਸੀ, ਅਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਉਹਦੇ ਕੁਝ ਮੰਤਰੀ MLA ਅਤੇ ਜਿਹੜਾ ਹੁਣ DGP ਆ ਦਿਨਕਰ ਗੁਪਤਾ ਉਦੋਂ ADGP ਇਹ ਵੀ ਬੈਠਾ ਸੀ, ਅਤੇ ਉਹ ਬਰਗਾੜੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਦੀ ਗੱਲਬਾਤ ਹੋਈ ਸੀ ਜਿਹਦੇ 'ਚ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਗੁਰਸੇਵਕ ਸਿੰਘ ਜਵਾਰਕੇ, ਭਾਈ ਪਰਮਜੀਤ ਸਿੰਘ ਸਹੌਲੀ, ਜਥੇਦਾਰ ਬੂਟਾ ਸਿੰਘ ਰਣਸੀਂਹ, ਅਤੇ ਬਾਅਦ ਵਿੱਚ ਭਾਈ ਜਸਵੀਰ ਸਿੰਘ ਖਡੂਰ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਹ 5 ਸਿੱਖ ਜਥੇਬੰਦੀਆਂ ਦੇ ਆਗੂ ਉੱਥੇ ਗਏ ਸੀਗੇ, ਗੱਲਬਾਤ ਹੋਈ ਸੀ, ਅਤੇ ਉਸ 6 ਜੂਨ ਵਾਲੇ ਮੋਰਚੇ ਦੀ ਬਦੌਲਤ ਹੀ ਰਣਵੀਰ ਸਿੰਘ ਖਟੜੇ ਵਾਲੀ SIT ਨੂੰ ਆਕਸੀਜਨ ਦਵਾਈ ਗਈ ਫਰੀ ਹੈਂਡ ਕਰਵਾਇਆ ਗਿਆ, ਅਤੇ ਉਹਨੇ 3 ਦਿਨ ਜਾ ਕੇ ਬਰਗਾੜੀ ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਵਗੈਰਾ ਨੂੰ ਫੜ ਲਿਆ ਸੀ, ਅਤੇ ਵਾਰੀ ਵਾਰੀ 26-27 ਜਿਹੜੇ ਬੰਦੇ ਫੜੇ ਸੀ ਜਿਨ੍ਹਾਂ ਨੇ ਮੰਨਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਚੋਰੀ ਬੁਰਜਵਾਹਰ ਸਿੰਘ ਵਾਲੇ ਤੋਂ ਕੀਤਾ ਅਤੇ ਬਰਗਾੜੀ ਦੀਆਂ ਗਲੀਆਂ 'ਚ ਪਾਵਣ ਅੰਗ ਖਿਲਾਰੇ, ਉਹ ਸਾਰਾ ਕੁਝ ਮੰਨੇ ਸੀਗੇ, ਉਹ ਡੇਰੇ ਸਰਸੇ ਵਾਲੇ ਦੇ ਚੇਲੇ, ਉਹ ਉਸ ਮੀਟਿੰਗ ਦੀ ਬਦੌਲਤ ਸੀ, ਉਸ ਮੀਟਿੰਗ ਦੇ ਕਰਕੇ ਹੀ ਭਾਈ ਗੁਰਦੀਪ ਸਿੰਘ ਖੈੜਾ ਲਈ ਕਰਨਾਟਕ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਚਿੱਠੀ ਲਿਖੀ ਸੀ ਰਿਹਾਈ ਵਾਸਤੇ, ਔਰ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਤਬਦੀਲੀ ਵਾਸਤੇ ਜੈਪੁਰ ਤੋਂ ਪੰਜਾਬ ਲਈ, ਇਹ ਵੀ ਉਸ ਮੀਟਿੰਗ ਦੀ ਬਦੌਲਤ, ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਮੀਡੀਆ ਦੇ ਵਿੱਚ, ਬਕਾਇਦਾ ਐਲਾਨੀਆਂ ਮੀਟਿੰਗ ਹੋਈ ਸੀ ਅਤੇ ਸਾਰੀ ਮੀਡੀਆ 'ਚ ਦੱਸਿਆ, ਕੋਈ ਬੁੱਕਲ 'ਚ ਗੁੜ ਨਹੀਂ ਸੀ ਭੰਨਿਆ, ਅਤੇ ਇੱਕ ਤੂੰ ਕਿਹਾ ਬਰਗਾੜੀ ਦਾ ਮੋਰਚਾ ਵੇਚਤਾ ਦਾਦੂਵਾਲ ਨੇ 6 ਜੂਨ ਨੂੰ ਮੀਟਿੰਗ ਕਰਕੇ, ਤੈਨੂੰ ਮੈਂ ਦੱਸਣਾ ਚਾਹੁੰਦਾ 6 ਜੂਨ ਦੀ ਮੀਟਿੰਗ ਤੋਂ ਬਾਅਦ ਵੀ 6 ਮਹੀਨੇ ਲਗਾਤਾਰ ਉਹ ਮੋਰਚਾ ਚੱਲਦਾ ਰਿਹਾ ਸੀ, ਜਦੋਂ ਦਾਦੂਵਾਲ ਨੇ ਮੀਟਿੰਗ ਕੀਤੀ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਨਾਲ, ਅਤੇ ਉਹਦਾ ਰਿਜ਼ਲਟ ਵੇਖ ਕਿ ਬਰਗਾੜੀ ਬੇਅਦਬੀ ਦੇ ਦੋਸ਼ੀ ਫੜੇ ਗਏ, ਦੋਸ਼ੀ ਪੁਲਿਸ ਮੁਲਾਜ਼ਮ ਜਿਹੜੇ ਸੀ ਜਿਨ੍ਹਾਂ ਨੇ ਬਹਿਬਲ ਗੋਲੀ ਚਲਾਈ ਸੀ ਉਹਨਾਂ 'ਤੇ 22 ਨੇ ਮੁਕੱਦਮਾ ਦਰਜ ਹੋਇਆ। ਮੈਂ ਹੋਰ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਤੂੰ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ, ਗਲਤ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ, ਸੰਗਤਾਂ ਨੂੰ ਸਭ ਪਤਾ ਵਾ। ਦੂਸਰੀ ਤੋਂ ਗੱਲਬਾਤ ਕਰਦਾ ਤੈਨੂੰ, ਮੈਨੂੰ ਕੌਮ ਦਾ ਫਿਕਰ ਆ, ਕੌਮ ਦਾ ਭਵਿੱਖ ਵੀ ਬਣੂਗਾ, ਕੌਮ ਦੇ ਬੱਚਿਆਂ ਦਾ, ਤੂੰ ਪਹਿਲਾਂ ਆਪਣਾ ਭਵਿੱਖ ਤਾਂ ਬਣਾ, ਆਪਣੇ ਵੱਲ ਤਾਂ ਨਿਗਾਹ ਮਾਰ। ਅੱਜ ਵੀ ਤੂੰ ਉਸੇ ਤਰ੍ਹਾਂ ਗੈਂਗਸਟਰਾਂ ਵਾਲੇ ਕੰਮ ਜਿਹੜੇ ਤੇਰੇ ਫਰੌਤੀਆਂ ਲੈਣੀਆਂ, ਕਬਜ਼ੇ ਸਮਝੌਤਿਆਂ 'ਚੋਂ ਪੈਸੇ ਖਾਣੇ, ਮਾਵਾਂ ਦੇ ਪੁੱਤ ਮਾਰੇ, ਅੱਜ ਵੀ ਸਧਾਣੇ ਪਿੰਡ 'ਚ ਉਹ ਲੱਖੇ ਆਪਣੇ ਸਧਾਣੇ ਦੀ ਮਾਂ ਨੂੰ ਪੁੱਛ, ਜਾ ਕੇ ਨੰਬਰਦਾਰ ਦੀ ਮਾਂ ਨੂੰ ਪੁੱਛ, ਉਹ ਮਹਾਰਾਜ ਵਾਲੇ ਮੁੰਡੇ ਦੀ ਮਾਂ ਨੂੰ ਪੁੱਛ, ਉਹਨਾਂ ਮਾਵਾਂ ਨੇ ਤੈਨੂੰ ਮੁਆਫ ਕਰਤਾ?
ਜਿਹੜੇ ਲੀਡਰਾਂ ਦੇ ਕਹਿਣ ਤੇ ਤੂੰ ਪਹਿਲਾਂ ਬੂਥ ਕੈਪਚਰ ਕਰਦਾ ਸੀਗਾ, ਅੱਜ ਵੀ ਤੇਰੇ ਉਹੀ ਕੰਮ ਆ, ਪਾਰਟੀਆਂ ਬਦਲੀਆਂ, ਲੀਡਰ ਬਦਲੇ ਆ, ਕੰਮ ਤੇਰੇ ਉਹੀ ਆ। ਅੱਜ ਕਿਹੜਾ ਤੂੰ ਅੱਜ ਅਖੌਤੀ ਸਮਾਜ ਸੇਵਕ ਦਾ ਬੋਰਡ ਲਾ ਲਿਆ, ਚਾਰ ਇੰਗਲਿਸ਼ ਦੇ ਬੋਰਡਾਂ ਦੇ ਉੱਤੇ ਕਾਲੇ ਪੋਚੇ ਮਾਰ ਕੇ ਤੂੰ ਸਮਾਜ ਸੇਵੀ ਬਣ ਗਿਆ, ਅਖੌਤੀ ਸਮਾਜ ਸੇਵੀ। ਕਿਹਨੇ ਬਣਾਇਆ ਤੈਨੂੰ ਸਮਾਜ ਸੇਵੀ? ਅੱਜ ਵੀ ਤੇਰੇ ਕੰਮ ਉਹੀ ਆ, ਅੱਜ ਵੀ ਤੂੰ ਤੜਕੇ ਉੱਠ ਕੇ ਤੈਨੂੰ ਉਸ ਤਰ੍ਹਾਂ ਚਾਹੀਦਾ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਮੂੰਹ ਤੇ ਸਿਰ ਤੋਂ ਸਾਫ਼ ਕਰਨ ਵਾਸਤੇ। ਤੈਨੂੰ ਬੜਾ ਦਰਦ ਹੋਇਆ ਕਿ ਗੁਰੂ ਸਾਹਿਬ ਨੂੰ ਰੁਮਾਲੇ ਕਿਉਂ ਦਿੱਤੇ ਜਾਂਦੇ ਆ? ਇਹ ਗਰੀਬਾਂ ਦਾ ਜਿਹੜਾ ਭਲਾ ਕੀਤਾ ਜਾਵੇ, ਜਿਹੜੇ ਤੂੰ ਉਸ ਤਰ੍ਹਾਂ ਤੇ ਪੈਸੇ ਲਾਉਣਾ, ਉਹ ਕਿਸੇ ਗਰੀਬ ਨੂੰ ਖੰਡ ਚਾਹ ਪੱਤੀ ਲੈ ਦੇ, ਜਿਹੜੇ ਤੂੰ ਕਿਸੇ ਮਹਿੰਗੇ ਸਲੂਨ ਦੇ ਵਿੱਚ ਜਾ ਕੇ ਵਾਲ ਕਟਾਉਣਾ। ਤੈਨੂੰ ਬ੍ਰੈਂਡਡ ਕੱਪੜੇ ਚਾਹੀਦੇ, ਬ੍ਰੈਂਡਡ ਫੋਨ ਚਾਹੀਦਾ, ਬ੍ਰੈਂਡਡ ਬੂਟ ਚਾਹੀਦੇ ਆ, ਬ੍ਰੈਂਡਡ ਤੈਨੂੰ ਕਾਰ ਚਾਹੀਦੀ ਆ, ਤੇ ਬ੍ਰੈਂਡਡ ਥਾਵਾਂ ਦੇ ਉੱਤੇ ਜਾ ਕੇ ਤੇ ਮਹਿੰਗੇ ਹੋਟਲਾਂ ਵਿੱਚ ਜਾ ਕੇ, ਸਬਵੇ, ਮੈਕਡੋਨਲ, ਡੋਮੀਨੋਜ ਪੀਜ਼ਿਆਂ ਤੇ ਜਾ ਕੇ ਤੈਨੂੰ ਮਹਿੰਗੇ ਖਾਣੇ ਚਾਹੀਦੇ ਆ, ਤੇ ਉਹ ਜਿਹੜੇ ਪੈਸੇ ਫਜ਼ੂਲ ਖਰਚ ਕਰਦਾ ਉਹ ਤੂੰ ਕਿਸੇ ਗਰੀਬ ਨੂੰ ਖੰਡ ਤੇ ਚਾਹ ਪੱਤੀ ਲੈ ਦੇ, ਕੋਈ ਰਾਸ਼ਨ ਲੈ ਦੇ, ਪਰ ਇਹ ਸਾਰਾ ਤੇਰਾ ਮਖੌਟਾ ਪਾਇਆ ਹੋਇਆ ਖੌਤੀ ਸਮਾਜ ਸੇਵਕ ਦਾ, ਇਹ ਸਾਰਾ ਦੁਨੀਆ ਦੇ ਸਾਹਮਣੇ ਆ ਚੁੱਕਾ। ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਹਰ ਅੰਮ੍ਰਿਤਧਾਰੀ ਸਿੱਖ ਜਥੇਦਾਰ ਹੁੰਦਾ ਜਿਹਨੂੰ ਪੰਜ ਕਕਾਰ ਧਾਰਨ ਕੀਤੇ ਆ, ਤੇ ਮੈਨੂੰ ਤਾਂ ਸਰਬੱਤ ਖਾਲਸਾ ਨੇ ਜਥੇਦਾਰ ਬਣਾਇਆ, ਤੂੰ ਅਖੌਤੀ ਸਮਾਜ ਸੇਵਕ ਆ। ਮੈਂ ਗੁਰੂ ਪੰਥ ਦਾ ਸੇਵਾਦਾਰ ਹਾਂ, ਜਿਸ ਵੇਲੇ ਤੂੰ ਮਾਵਾਂ ਦੇ ਪੁੱਤ ਮਾਰਦਾ ਬੂਥ ਕੈਪਚਰ ਕਰਦਾ ਸੀ, ਉਸ ਵੇਲੇ ਮੈਂ ਸਰਸੇ ਵਾਲੇ ਨਾਲ ਲੜਾਈ ਲੜਦਾ ਸੀ, ਜੇਲ੍ਹਾਂ ਮੁਕੱਦਮੇ ਕਿੰਨਾ ਕੁਝ। ਜਿਸ ਵੇਲੇ ਤੂੰ ਬੂਥ ਕੈਪਚਰ ਕਰਦਾ ਸੀ, ਸਿਆਸੀ ਲੋਕਾਂ ਦੇ ਕਹਿਣ 'ਤੇ ਮਾਵਾਂ ਦੇ ਪੁੱਤ ਮਾਰਦਾ ਸੀਗਾ ਉਸ ਵੇਲੇ, ਅਤੇ ਅੱਜ ਵੀ ਤੂੰ, ਮੈਂ ਤੈਨੂੰ ਕਹਿਣਾ ਚਾਹੁੰਦਾ ਤੂੰ ਦੂਜਿਆਂ 'ਤੇ ਉਂਗਲ ਕਰਨ ਤੋਂ ਪਹਿਲਾਂ ਕਿ ਗੁਰਸਿੱਖਣੀ ਮੇਰੀ ਸੰਗਤ ਹੋਈ, ਮੈਨੂੰ ਪਤਾ ਲੱਗਿਆ ਇਸ ਤਰ੍ਹਾਂ ਤੇਰੀ ਸੰਗਤ ਹੀ ਉਹਨਾਂ ਨਾਲ ਹੋਈ, ਕਿਸੇ ਗੁਰਸਿੱਖ ਦੀ ਸੰਗਤ ਕੀਤੀ ਹੁੰਦੀ ਤੂੰ ਸ਼ੰਕਾ ਕਰਦਾ ਹੀ ਨਾ। ਜੇ ਤੇਰੀ ਸੰਗਤ ਕਿਸੇ ਚੰਗੇ ਬੰਦਿਆਂ ਨਾਲ ਹੋਈ ਹੁੰਦੀ ਤੈਨੂੰ ਪਤਾ ਲੱਗ ਜਾਂਦਾ, ਤੂੰ ਤਾਂ ਉਹੀ ਭਲਵਾਨੀ ਗੇੜਿਆਂ ਦੇ ਵਿੱਚ ਤੁਰਿਆ ਫਿਰਦਾ। ਇਸ ਕਰਕੇ ਤੈਨੂੰ ਅੱਜ ਵੀ ਸੁਧਰਨਾ ਚਾਹੀਦਾ, ਸਿੱਖੀ ਗੁਰੂ ਗੋਬਿੰਦ ਸਿੰਘ ਦੀ ਹੈ। ਜੇ ਤੈਨੂੰ ਪੰਜਾਬ ਦੇ ਨੌਜਵਾਨਾਂ ਬੱਚਿਆਂ ਦਾ ਇੰਨਾ ਭਵਿੱਖ ਆ, ਜਿਹੜੇ 5-7 ਤੋਂ ਪਿੱਛੇ ਬਿਠਾ ਕੇ ਵੀਡੀਓ ਬਣਾ ਰਿਹਾ ਨਾ, ਇਹਨਾਂ ਨੂੰ ਵੀ ਨਾਲ ਲੈ ਅਤੇ ਕਿਸੇ ਤਖ਼ਤ ਸਾਹਿਬ 'ਤੇ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਪੰਜ ਪਿਆਰਿਆਂ ਦੇ ਪੇਸ਼ ਹੋ, ਸਾਬਤ ਸੂਰਤ ਹੋ, ਪੰਜ ਕਕਾਰੀ ਮਰਿਆਦਾ ਧਾਰਨ ਕਰ, ਬਾਂਦਰ ਕੱਛਾ ਪਾ ਕੇ ਸਿੱਖੀ ਦੀਆਂ ਗੱਲਾਂ ਨਹੀਂ ਹੋਣੀਆਂ ਜਿਹੜੀਆਂ ਤੂੰ ਕਰਦਾ ਫਿਰਦਾ ਵਾ। ਸਾਰੇ ਪੰਥ ਨੂੰ ਪਤਾ, ਸਾਰੀ ਕੌਮ ਨੂੰ ਪਤਾ, ਕੌਮ ਦੇ ਇੰਨੇ ਮਾੜੇ ਦਿਨ ਨਹੀਂ ਹੈ ਕਿ ਤੇਰੇ ਵਰਗਾ ਪਤਤ ਬੰਦਾ ਕੌਮ ਨੂੰ ਮਰਿਆਦਾ ਸਮਝਾਊਗਾ, ਤੇਰੇ ਵਰਗਾ ਪਤਤ ਬੰਦਾ ਜਿਹੜਾ ਉਹ ਕੌਮ ਨੂੰ ਗੁਰਮਰਿਆਦਾ ਦੀਆਂ ਗੱਲਾਂ ਦੱਸੂਗਾ। ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ ਜਿਹੜੀਆਂ ਗੱਲਾਂ ਕਰਦਾ ਤੂੰ ਤਾਂ ਨਗੁਰਾ ਵਾਂ, ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖੰਡ, ਤੂੰ ਤਾਂ ਕਿਸੇ ਗੁਰੂ ਪੀਰ ਦਾ ਹੀ ਨਹੀਂ ਆ। ਤੂੰ ਕਹਿੰਦਾ ਮੈਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਹਾਂ ਕਿ ਉਹ ਤੈਨੂੰ ਸਿੱਖ ਮੰਨਦੇ ਆ, ਗੁਰੂ ਨਾਨਕ ਦੀ ਸਿੱਖੀ 9 ਪਾਤਸ਼ਾਹੀਆਂ ਤੱਕ ਚਰਨਾਮ੍ਰਿਤ, 10ਵੇਂ ਪਾਤਸ਼ਾਹ ਨੇ ਖੰਡੇ ਕੀ ਪਹੁਲ ਬਖਸ਼ੀ, ਖੰਡੇ ਬਾਟੇ ਦਾ ਅੰਮ੍ਰਿਤ, ਫਿਰ ਸਿੱਖੀ 'ਚ ਦਾਖਲਾ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਹੁਲ ਸਕੇ, ਸੋਈ ਸਿੰਘ ਪ੍ਰਧਾਨ ਵਰਨਾ ਪਾਹੁਲ ਜੋ ਲਏ। ਪੰਜ ਕਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆ, ਗੁਰੂ ਮਹਾਰਾਜ ਨੇ ਸਿੱਖੀ ਬਖਸ਼ੀ ਆ, ਇਹਨਾਂ ਨੂੰ ਵੀ ਗੁਰਸਿੱਖ ਬਣਾ, ਗੁਰੂ ਘਰ ਵਾਲੇ ਪਾਸੇ ਜੋੜ, ਆਪ ਵੀ ਜੁੜਨ ਵਾਲੇ, ਤੇਰੀਆਂ ਸ਼ੰਕਾਵਾਂ ਜਿਹੜੀਆਂ ਉਹ ਦੂਰ ਹੋਣਗੀਆਂ, ਗੁਰੂ ਪੰਥ ਦੇ ਵਿੱਚ ਸ਼ਾਮਲ ਹੋ, ਫਿਰ ਗੱਲਾਂ ਕਰੀ। ਤੂੰ ਕਹਿੰਦਾ ਰਾਧਾ ਸਵਾਮੀਆਂ ਦੀ ਤੂੰ ਗੱਲ ਕਰਦਾ, ਰਾਧਾ ਸਵਾਮੀ ਤੇਰੇ ਨਾਲੋਂ 100 ਗੁਣਾ ਚੰਗੇ ਆ, ਤੇਰਾ ਤਾਂ ਕੋਈ ਗੁਰੂ ਪੀਰ ਹੀ ਨਹੀਂ ਆ। ਤੂੰ ਆ ਲੋਕਡਾਊਨ ਦੇ ਵਿੱਚ 10 ਬੰਦਿਆਂ ਨੂੰ ਰੋਟੀ ਖਵਾਈ ਹੈ, ਕਿਸੇ ਨੂੰ, ਕਿਸੇ ਗਰੀਬ ਦੀ ਬਾਂਹ ਫੜੀ ਆ, ਹਸਪਤਾਲਾਂ ਦੇ ਉੱਤੇ ਰੇਡਾਂ ਕਰਕੇ ਫਰੌਤੀਆਂ ਲੈ ਲਈਆਂ, ਉਹਨਾਂ ਤੋਂ ਮੁੜ ਕੇ ਚੁੱਪ ਕਰਕੇ ਬਹਿ ਗਿਆ। ਆ ਲੋਕਡਾਊਨ ਦੇ ਅੰਦਰ 8-10 ਲੱਖ ਬੰਦੇ ਨੂੰ ਰੋਜ਼ਾਨਾ ਰੋਟੀ ਖਵਾ ਰਹੇ ਆ ਡੇਰੇ ਵਾਲੇ, 8-10 ਲੱਖ ਰੁਪਈਆ, 8-10 ਕਰੋੜ ਰੁਪਈਆ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ, ਸਟੇਟ ਦੀਆਂ ਸਰਕਾਰਾਂ ਨੂੰ ਦਿੱਤਾ। ਇੰਗਲਿਸ਼ ਅਖਬਾਰਾਂ ਦੀਆਂ ਖਬਰਾਂ, ਟਾਈਮਜ਼ ਆਫ ਇੰਡੀਆ ਅਤੇ ਹੋਰ ਅਖਬਾਰਾਂ ਦੀਆਂ ਖਬਰਾਂ ਪੜ੍ਹ, ਤੈਨੂੰ ਪਤਾ ਲੱਗੂ ਤੇਰੇ ਨਾਲੋਂ ਤਾਂ ਉਹ 100 ਗੁਣਾ ਚੰਗੇ ਆ। ਤੂੰ ਉਹਨਾਂ ਦੀ ਕੀ ਗੱਲ ਕਰਦਾ, ਤੇਰਾ ਤਾਂ ਕੋਈ ਗੁਰੂ ਪੀਰ ਹੀ ਨਹੀਂ ਪਤਾ ਨਹੀਂ, ਤੂੰ ਮਟੀ ਦਾ ਪੁਜਾਰੀ ਆ, ਕਬਰ ਦਾ ਪੁਜਾਰੀ ਆ, ਕਿਹਦਾ ਪੁਜਾਰੀ ਆ? ਤੂੰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਤੇਰੇ ਵਰਗੇ ਹੁੰਦੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ, ਸ਼ੀਸ਼ੇ ਦੇ ਵਿੱਚ ਖੜ ਕੇ ਦੇਖੀ ਆ, ਗੁਰੂ ਮਹਾਰਾਜ ਦੇ ਸਿੱਖਾਂ ਨਾਲ ਤੇਰਾ ਚਿਹਰਾ ਰਲਦਾ? ਅਸੀਂ ਫਿਰ ਵੀ ਤੈਨੂੰ ਕਹਿਣਾ ਚਾਹੁੰਦੇ ਹਾਂ, ਠੀਕ ਆ, ਗਲਤੀ ਹੋਈ, ਦੇਰ ਆਏ, ਦਰੁਸਤ ਆਏ, ਕਹਿੰਦੇ ਹੁੰਦੇ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਝਾੜ ਕੇ ਝੋਲੀ ਪਾ ਲਏ, ਸਵੇਰ ਦਾ ਭੁੱਲਿਆ, ਸ਼ਾਮ ਨੂੰ ਘਰ ਆ ਜੇ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਪਰ ਜਿਸ ਤਰੀਕੇ ਦੇ ਜਿਹੜੇ ਰਾਹ ਤੂੰ ਤੁਰਿਆ, ਕੇਵਲ ਪਬਲਿਸਿਟੀ ਜਾਂ TRP ਲੈਣੀ, ਇਹ ਕੋਈ ਪਬਲਿਸਿਟੀ, TRP ਸਾਰੀ ਕੌਮ ਪਛਾਣਦੀ ਹੈ ਇਸ ਗੱਲ ਨੂੰ। ਜਿਹੜੇ ਤੈਨੂੰ 200-400 ਮੈਸੇਜ ਆ ਜਾਂਦਾ, ਇਹ ਉਹਨਾਂ ਲੋਕਾਂ ਦੇ ਆ ਜਿਹੜੇ ਨਾਸਤਿਕਤਾ ਦੇ ਰਾਹ ਪਏ ਆ ਤੇਰੇ ਵਰਗੇ।
ਜਿਹੜੇ ਕਈ ਸਿੱਖੀ ਸਰੂਪ ਦੇ ਵਿੱਚ ਵੀ ਗੁਰੂ ਘਰ ਤੇ ਗੁਰੂ ਮਰਯਾਦਾ ਦੇ ਉੱਤੇ ਸ਼ੰਕਾਵਾਂ ਕਰਦੇ, ਉਹਨਾਂ ਲੋਕਾਂ ਦੀਆਂ ਗੱਲਾਂ ਤੇਰੀ ਪੁਸਤ ਪੜਾਈ, ਤੂੰ ਆਪ ਕਹਿ ਰਿਹਾ ਕਿ ਤੇਰੇ ਡੰਡੇ 'ਚ ਝੰਡਾ ਫਸਾਉਣ ਨੂੰ ਫਿਰਦੇ ਆ, ਝੰਡਾ ਤੇ ਫਸਾਇਆ ਹੋਇਆ, ਤੇਰੇ ਡੰਡੇ 'ਚ ਤੇਰੇ ਨਾਲ ਰਹਿੰਦੇ ਡੇਰੇਦਾਰ ਉਹਨਾਂ ਨੇ ਝੰਡਾ ਫਸਾਇਆ ਹੋਇਆ ਤੇਰੇ ਡੰਡੇ ਦੇ ਵਿੱਚ, ਤੇਰੀ ਫੀਡਬੈਕ ਗਲਤ ਦਿੰਦੇ ਆ ਜਿਸ ਕਰਕੇ ਤੂੰ ਗੁੰਮਰਾਹ ਹੋਇਆ ਫਿਰਦਾ, ਉਹਨਾਂ ਲੋਕਾਂ ਦੀਆਂ ਵੀ ਜੇ ਲੋੜ ਪਈਆਂ ਤਾਂ ਕਿਤੇ ਸਾਰੀਆਂ ਗੱਲਾਂ ਸਾਹਮਣੇ ਵੀ ਉਹਨਾਂ ਦੇ ਡੇਰਿਆਂ 'ਚ ਕੀ ਕੁਝ ਹੋਇਆ, ਉਹਨਾਂ ਦੇ ਪਰਿਵਾਰਾਂ 'ਚ ਕੀ ਹੋਇਆ, ਤੈਨੂੰ ਗਲਤ ਫੀਡਬੈਕ ਦਿੱਤੇ ਆ, ਕੰਨਾਂ ਦਾ ਕੱਚਾ ਬੰਦਾ ਤੂੰ ਗਲਤ ਗੱਲਾਂ ਸੁਣ ਕੇ ਅਤੇ ਤੂੰ ਉਸੇ ਤਰ੍ਹਾਂ ਬੋਲਣ ਲੱਗ ਜਾਂਦਾ, ਵੀਡੀਓ ਵਾਇਰਲ ਕਰਦਾ, ਅਕਲ ਨੂੰ ਹੱਥ ਮਾਰ, ਸ਼ਰਮ ਨੂੰ ਹੱਥ ਮਾਰ, ਪਹਿਲਾਂ ਗੁਰਸਿੱਖ ਬਣ, ਫਿਰ ਗੁਰਮਰਿਆਦਾ ਦੀਆਂ ਗੱਲਾਂ ਕਰੀ, ਫਿਰ ਕਿਸੇ ਗੁਰਸਿੱਖ ਦੀਆਂ ਗੱਲਾਂ ਕਰੀ, ਸਾਬਤ ਸੂਰਤ ਹੋ। ਸਿਆਣੇ ਕਹਿੰਦੇ ਆ ਜਿਹੜੇ ਹੱਡਾ ਰੋੜੀ ਦੇ ਕੂਕਰ ਆ ਉਹ ਮਾਨ ਸਰੋਵਰ ਦੀਆਂ ਗੱਲਾਂ ਕਰਦੇ ਸੋਹਣੇ ਨਹੀਂ ਲੱਗਦੇ, ਮਾਨ ਸਰੋਵਰ ਦੀਆਂ ਗੱਲਾਂ ਜਿਹੜੀਆਂ ਉਹ ਤਾਂ ਹੰਸਾਂ ਨੂੰ ਹੀ ਸੋਭਾ ਦਿੰਦੀਆਂ ਨੇ, ਹੱਡਾ ਰੋੜੀ ਦੇ ਕੂਕਰ ਜਿਹੜੇ ਹੁੰਦੇ ਆ ਉਹ ਮਾਨ ਸਰੋਵਰ ਦੀਆਂ ਗੱਲਾਂ ਕਰਦੇ ਸੋਹਣੇ ਨਹੀਂ ਲੱਗਦੇ, ਪਹਿਲਾਂ ਸਾਬਤ ਸੂਰਤ ਬਣ, ਕਿਉਂਕਿ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ, ਸਾਬਤ ਸੂਰਤ ਰੱਬ ਦੀ ਭੰਨਿਆ ਬੇਈਮਾਨ, ਦਰਗਾਹ ਢੋਈ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ। ਤੈਨੂੰ ਹਰ ਗੱਲ ਦਾ ਜਵਾਬ ਮਿਲੂਗਾ, ਤੂੰ ਕਹਿੰਦਾ ਬਾਦਲ ਕੋਠੀ ਦਾ ਘਰਾਓ ਕੀਤਾ ਅਤੇ ਤੇਰੇ 'ਤੇ ਪਰਚਾ ਹੋ ਗਿਆ, ਪਰਚਾ ਬਾਦਲ ਕੋਠੀ ਘਰਾਓ ਦਾ ਨਹੀਂ, ਉਹ ਬਾਦਲ ਉਹ ਬੈਰੀਕੇਡ ਤੋੜਨ ਦਾ ਪਰਚਾ, ਤੂੰ ਬੈਰੀਕੇਡ ਤੋੜਿਆ ਸੀ ਤੇਰੇ 'ਤੇ ਪਰਚਾ ਹੋਇਆ, ਪਰ ਤੇਰੀ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ। ਉਸ ਪਰਚੇ 'ਚ ਮੇਰੇ ਸਾਥੀ ਦੀ ਗ੍ਰਿਫਤਾਰੀ ਹੋਈ, ਭਾਈ ਜਗਮੀਤ ਸਿੰਘ ਦੀ ਪ੍ਰੋਟੈਕਸ਼ਨ ਵਾਰੰਟ 'ਤੇ ਉਹਨੂੰ ਲਿਆ ਕੇ ਗ੍ਰਿਫਤਾਰ ਕੀਤਾ ਅਤੇ ਉਹਨੂੰ ਮੁਕਤਸਰ ਜੇਲ੍ਹ 'ਚ ਕਿੰਨੇ ਦਿਨ ਰਹਿਣਾ ਪਿਆ ਅਤੇ ਅੱਜ ਉਹ ਜ਼ਮਾਨਤ 'ਤੇ ਰਿਹਾ ਹੋਇਆ, ਅਤੇ ਤੈਨੂੰ ਤਾਂ ਕਿਸੇ ਨੇ ਫੜਿਆ ਨਹੀਂ, ਤੇਰੀ ਅੱਜ ਵੀ ਉਹਨਾਂ ਲੋਕਾਂ ਦੇ ਨਾਲ ਜਾਰੀ ਆ। ਸੋ ਇਸ ਕਰਕੇ ਤੈਨੂੰ ਸਮਝਣਾ ਚਾਹੀਦਾ ਇਹੋ ਜਿਹੀਆਂ ਜਿਹੜੀਆਂ ਗਲਤ ਬਿਆਨਬਾਜ਼ੀ ਕਰਨੀ ਆ, ਝੂਠੀਆਂ ਗੱਲਾਂ, ਜਦੋਂ ਮਰਜ਼ੀ ਜਿੱਥੇ ਮਰਜ਼ੀ ਬੈਠ ਕੇ ਉਹਦੀ ਗੱਲ ਕਰ ਸਕਦਾ। ਪਹਿਲਾਂ ਵੀ ਤੇਰੀ ਤਸੱਲੀ ਕਰਾਈ ਸੀ ਜਦੋਂ ਤੂੰ ਗੁੰਮਰਾਹ ਕਰਨ ਲੱਗਾ ਸੀ ਬਰਗਾੜੀ ਮੋਰਚੇ ਦੀ ਗੱਲ ਨੂੰ ਡੇਲੀ ਪੋਸਟ ਦੇ ਉੱਤੇ ਠਾਕੁਰ ਅਮਨਦੀਪ ਦੇ ਨਾਲ, ਅਤੇ ਤੈਨੂੰ ਉਦੋਂ ਜਵਾਬ ਦਿੱਤਾ ਜਦੋਂ ਤੂੰ ਨਿਰਉੱਤਰ ਹੋਇਆ ਸੀਗਾ, ਅਤੇ ਹੁਣ ਵੀ ਤੈਨੂੰ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਸੀ, ਕਿਉਂਕਿ ਜੋੜਨ ਦੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੋੜਨਾ ਚਾਹੀਦਾ ਹਰੇਕ ਨੂੰ, ਤੈਨੂੰ ਵੀ ਜੋੜਨ ਦੀ ਸਿੱਖਿਆ ਜਿਹੜੀ ਆ ਉਹ ਅਸੀਂ ਕਹਿੰਦੇ ਹਾਂ ਕਿ ਤੂੰ ਗੁਰੂ ਘਰ ਨਾਲ ਜੁੜ, ਗੁਰਸਿੱਖੀ ਨਾਲ ਜੁੜ, ਪੰਜ ਕਕਾਰੀ ਮਰਯਾਦਾ ਨਾਲ, ਕਿਉਂਕਿ ਉਹ ਕਿਸੇ ਵਿਅਕਤੀ ਦੀ ਜਾਂ ਕਿਸੇ ਸੰਪਰਦਾ ਕਿਸੇ ਧੜੇ ਦੀ ਨਹੀਂ ਆ, ਸਿੱਖੀ ਗੁਰੂ ਦੀ ਆ, ਕਕਾਰ ਗੁਰੂ ਦੇ ਆ, ਕੇਸ ਗੁਰੂ ਕੀ ਮੋਹਰ ਆ, ਉਹਨਾਂ ਨੂੰ ਧਾਰਨ ਕਰ ਅਤੇ ਫਿਰ ਤੂੰ ਕੋਈ ਗੱਲ ਕਰੀ। ਅਤੇ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੇ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ, ਇਹੋ ਜਿਹੇ ਗਲਤ ਲੋਕਾਂ ਦੀ ਜਿਹੜੇ ਗਲਤ ਕਮੈਂਟ ਗਲਤ ਗੱਲਾਂ ਕਰਦੇ ਆ ਉਹਨਾਂ ਨੂੰ ਕਦੇ ਵੀ ਪ੍ਰਮੋਟ ਨਹੀਂ ਕਰਨਾ ਚਾਹੀਦਾ। ਸਿੱਖ ਸੰਗਤਾਂ ਤੋਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।